ਮਿਸ਼ਨ ਪੰਜਾਬ 'ਤੇ ਸਵਾਗਤ ਹੈ ਜੀ। ਮੈਂ ਅਗਲੀ ਵੀਡੀਓ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਵਿਚਾਰ ਆਪੋ ਆਪਣੇ ਨੇ, ਕੋਈ ਇਹਨੂੰ ਜੋ ਮਰਜ਼ੀ ਕਵੇ, ਪਰ ਮੈਂ ਇਹ ਗੱਲ ਮੰਨਦਾ ਕਿ ਸਿੱਖ ਕੌਮ ਹਿੰਦੁਸਤਾਨ ਦੇ ਵਿੱਚ ਇੱਕ ਹਸਤੀ ਆ, ਇੱਕ ਅਹਿਮੀਅਤ ਰੱਖਦੀ ਆ। ਇਹ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਣ ਕੇ ਲੰਗਰ ਪਕਾਉਣਾ, ਸੇਵਾ ਕਰਨੀ, ਇਹ ਦਰਸਾਉਂਦਾ ਕਿ ਉਹਨਾਂ ਨੂੰ ਸਿੱਖਾਂ ਦੀ ਲੋੜ ਆ। ਬਾਕੀ ਕੋਈ ਇਹਨੂੰ ਜੋ ਮਰਜ਼ੀ ਕਹੀ ਜਾਵੇ, ਚੋਣਾਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਵੀ ਭਾਵੇਂ ਜੋ ਮਰਜ਼ੀ ਸੋਚ ਲਓ, ਲੇਕਿਨ ਇੱਕ ਚੀਜ਼ ਜਿਹੜੀ ਉਹ ਪ੍ਰਤੱਖ ਸਬੂਤ ਆ ਜੋ ਆ ਗਈ ਕਿ ਸਿੱਖ ਕੌਮ ਜਿਹੜੀ ਆ ਉਹ ਚਾਹੇ 2% ਆ, ਲੇਕਿਨ ਹਿੰਦੁਸਤਾਨ 'ਚ ਉਹਦਾ ਆਪਣਾ ਵੱਖਰਾ ਮੁਕਾਮ ਹੈ। ਧੰਨਵਾਦ ਜੀ। ਆ ਵੇਖੋ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ, ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਨਕ ਮੋਦੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਣ ਨੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਨਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਨਨ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ